ਬੜੇ ਪਿਛਲੇ ਦਿਨਾਂ ਤੋਂ ਮੈਂ ਵੀਡੀਓ ਨਹੀਂ ਸੀ ਪਾ ਸਕਿਆ ਕਿ ਤੁਹਾਡੇ ਸਵਾਲ ਜਿਹੜੇ ਹੁੰਦੇ ਸੀ ਕਮੈਂਟ ਦੇ ਜਵਾਬ ਦੇਣੇ ਬੜੇ ਔਖੇ ਹੋ ਜਾਂਦੇ ਨੇ ਕਿਉਂਕਿ ਤੁਹਾਡੇ ਆਨਸਰ ਬੜੇ ਡਿਸਕ੍ਰਿਪਟਿਵ ਕੁਆਲੀਟੇਟਿਵ ਲੰਬੇ ਹੁੰਦੇ ਨੇ ਜੇ ਰੀਅਲ ਗਾਈਡੈਂਸ ਲੈਣੀ ਹੈ। ਸੋ ਉਸ ਲਈ ਇਹ ਵੀਡੀਓ ਹੈ ਕਿ ਤੁਹਾਡੇ ਕੁਸ਼ਚਨਾਂ ਦੇ ਜਵਾਬ ਦੇ ਸਕੀਏ। ਸਰ ਪਹਿਲਾ ਕੁਸ਼ਚਨ ਹੈਗਾ ਨੇਹਾ ਤੀਰਥ ਦਾ, ਸਰ ETT ਬਾਰੇ ਵੀ ਜਾਣਕਾਰੀ ਸਾਂਝੀ ਕਰਿਓ ਪਲੀਜ਼। ETT ਬਾਰੇ ਇੱਕ ਗੱਲ ਇਹ ਕਿ ਸੈਸ਼ਨ SCERT ਚਲਾ ਰਹੀ ਹੈ, 3 ਸਾਲ ਦੇ ਸੈਸ਼ਨ ਹੋ ਰਹੇ ਨੇ, ਐਨੂਅਲ ਸਿਸਟਮ ਹੈ, 2 ਸਾਲ 'ਚ ਇਹ ETT ਖਤਮ ਹੋ ਜਾਣੀ ਹੁੰਦੀ ਹੈ ਜਾਂ DLED ਖਤਮ ਹੋ ਜਾਣਾ ਹੁੰਦਾ ਹੈ, ਲੇਕਿਨ 3 ਸਾਲ ਲੱਗ ਰਹੇ ਨੇ ਔਰ ਪਿਛਲੇ ਸਾਲ ਦੀ ਐਡਮਿਸ਼ਨ ਜਿਹੜੀ ਹੈ ਹਲੇ ਤੱਕ ਚੱਲ ਰਹੀ ਹੈ, 3rd ਕਾਉਂਸਲਿੰਗ ਉਹਦੀ ਚੱਲ ਰਹੀ ਹੈ, ਕੋਰਟ ਕੇਸ ਲੱਗਾ ਹੋਇਆ ਹੈ ਮੈਨੇਜਮੈਂਟ ਕੋਟੇ ਦੇ ਰਿਗਾਰਡਿੰਗ, ਲੇਕਿਨ ਫਿਰ ਵੀ ਜਿਹੜੇ ਡਾਇਟਸ ਨੇ ਜਾਂ ਸੋਰੀ ਪ੍ਰਾਈਵੇਟ ਕਾਲਜਿਸ ਨੇ ਜਿਹੜੇ ETT ਦੀ ਐਡਮਿਸ਼ਨ ਕਰ ਰਹੇ ਨੇ ਅੰਦਰੋਂ ਅੰਦਰੀ, ਲੇਕਿਨ ਇਹ ਡਿਸੀਜ਼ਨ ਲੈਣਾ ਔਖਾ ਉਹਨਾਂ ਵਿਦਿਆਰਥੀਆਂ ਲਈ ਪੱਕਾ ਹੈ ਕਿ ETT 'ਚ ਜਾਣ ਜਾਂ BEd 'ਚ, ਕਿਉਂਕਿ ETT ਦੀ ਨੈਕਸਟ ਐਡਮਿਸ਼ਨ ਕਦੋਂ ਹੋਣੀ ਹੈ, ਫਿਲਹਾਲ 6 ਮਹੀਨੇ ਵੀ ਲੱਗ ਸਕਦੇ ਨੇ, 3 ਮਹੀਨੇ ਵੀ ਲੱਗ ਸਕਦੇ ਨੇ, ਇਸ ਤੋਂ ਜ਼ਿਆਦਾ ਸਮਾਂ ਵੀ ਲੱਗ ਸਕਦਾ ਹੈ। BEd ਵਿੱਚ ਹਾਂ ਐਡਮਿਸ਼ਨ ਪ੍ਰੋਸੀਜਰ ਅਗਸਤ ਵਿੱਚ ਕਲਾਸਿਸ ਸ਼ੁਰੂ ਹੋ ਜਾਣਗੀਆਂ। ETT ਰਿਗਾਰਡਿੰਗ ਹੋਰ ਕੀ ਜਾਣਨਾ ਚਾਹੁੰਦੇ ਹੋ, ਕੁਸ਼ਚਨ ਨੂੰ ਸਪੈਸੀਫਾਈ ਕਰੋ, ਹੋਰ ਮੈਂ ਜਵਾਬ ਦੇ ਦਿਆਂਗਾ ਤੁਹਾਨੂੰ। ਸਰ ਇਸ ਤੋਂ ਬਾਅਦ ਸੈਮ ਪੁੱਛ ਰਹੇ ਨੇ, ਸਰ BEd ਐਂਟਰੈਂਸ ਐਗਜ਼ਾਮ ਫੋਰਮ ਅਪਲਾਈ ਕਰਨ ਦੀ ਡੇਟ ਕਦੋਂ ਆਏਗੀ ਅਤੇ ਕਿਹੜੀ ਵੈਬਸਾਈਟ 'ਤੇ ਅਪਲਾਈ ਕਰਨਾ? ਆਲਰੇਡੀ ਸਰ ਵੀਡੀਓ ਪਾ ਦਿੱਤੀ ਗਈ ਹੈ, 14 ਤਰੀਕ ਨੂੰ, ਇਸੇ ਮਹੀਨੇ ਦੀ 14 ਤਰੀਕ ਨੂੰ ਫੋਰਮ ਆਉਣ ਦੀ ਪੂਰੀ ਸੰਭਾਵਨਾ ਹੈ ਔਨਲਾਈਨ, ਉਹ ਪੋਰਟਲ ਉਸ ਤੋਂ 2 ਦਿਨ ਪਹਿਲਾਂ ਖੁੱਲ੍ਹਣ ਦੀ ਸੰਭਾਵਨਾ ਹੈ, ਇੰਸਟਰਕਸ਼ਨ ਆ ਜਾਣਗੀਆਂ, ਪ੍ਰੋਸਪੈਕਟਸ ਆ ਜਾਏਗਾ ਔਰ ਇਸੇ ਲਰਨ ਟੂ ਐਕਚੁਲਾਈਜ਼ 'ਤੇ ਚੈਨਲ 'ਤੇ ਤੁਹਾਨੂੰ ਵੀਡੀਓ ਅਪਡੇਟ ਕਰ ਦਿੱਤੀ ਜਾਏਗੀ, ਫੋਰਮ ਕਿਸ ਤਰ੍ਹਾਂ ਫਿਲ ਕਰਨਾ ਉਹ ਵੀ ਦੱਸ ਦਿੱਤਾ ਜਾਏਗਾ ਔਰ ਕਿਹੜੀ, ਕਿਉਂਕਿ ਹਜੇ ਉਹਨਾਂ ਨੇ ਕੋਈ ਵੈਬਸਾਈਟ ਬਣਾਈ ਨਹੀਂ ਹੈ ਯੂਨੀਵਰਸਿਟੀ ਨੇ, ਜਦੋਂ ਹੀ ਬਣਾਉਂਦੇ ਨੇ ਉਹ ਤੁਹਾਡੇ ਨਾਲ ਸ਼ੇਅਰ ਕਰ ਦਾਂਗਾ। ਹਾਂ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵੈਬਸਾਈਟ 'ਤੇ ਤੁਸੀਂ ਰੈਗੂਲਰ ਚੈੱਕ ਜੇ ਖੁਦ ਕਰਨਾ ਹੈ ਕਰ ਸਕਦੇ ਹੋ। ਸਰ ਪੂਜਾ ਦੇਵੀ ਦਾ ਕੁਸ਼ਚਨ ਹੈਗਾ ਕਿ ਸਰ ਸੈਕਿੰਡ ਕੋਰਸ ਕੇ ਬਾਰੇ ਮੈਂ ਬਤਾ ਦਿਉ। ਸੈਕਿੰਡ ਕੋਰਸ ਕਾਫੀ ਐਨਰਜੀ ਡਿਮਾਂਡ ਕਰ ਰਿਹਾ ਹੈ, ਕਿਉਂਕਿ ਮੈਂ ਝੂਠੇ ਵਾਅਦੇ ਕਰਨਾ ਕਰ ਨਹੀਂ ਹੁੰਦੇ ਕਿ ਮੈਂ ਕਰਵਾ ਦਾਂਗਾ, ਉਹਦੇ ਲਈ ਡਿਫਰੈਂਟ ਟੀਚਰ ਚਾਹੀਦੇ ਨੇ, ਰਿਸੋਰਸ ਪਰਸਨ ਚਾਹੀਦੇ ਨੇ ਔਰ ਟੀਚਰ ਨੋ ਡਾਊਟ ਹੈ, 3-4 ਟੀਚਰ ਲੱਗੇ ਹੋਏ ਨੇ, ਕਿਉਂਕਿ ਉਹੀ ਟੀਚਰਸ ਫਿਰ ਅੱਗੇ ਤੁਹਾਨੂੰ PSTET ਦੀ CTET ਦੀ ਸਿਲੈਕਸ਼ਨ ਟੈਸਟ ਦੀ ਤਿਆਰੀ ਕਰਵਾਉਣਗੇ। ਸਟੂਡੀਓ ਜਿਹੜੇ ਹੈ ਉਹਨੂੰ ਅਪਡੇਟ ਕੀਤਾ ਜਾ ਰਿਹਾ ਹੈ, ਉਸ ਕੋਰਸ ਵਿੱਚ ਕੀ ਹੈ ਕਿ ਤੁਹਾਡੀਆਂ ਕਲਾਸਿਸ ਨਾਲ ਨਾਲ ਲੱਗਣਗੀਆਂ। ਜਿਹੜਾ ਪਿਛਲਾ ਕੋਰਸ ₹220 ਵਾਲਾ ਸੀ ਉਹਦੇ ਵਿੱਚ ਕੀ ਸੀ ਕਿ ਤੁਸੀਂ ਕੁਸ਼ਚਨ ਹੈ, ਇੱਕ ਕੁਸ਼ਚਨ ਲਿਖਿਆ ਹੋਇਆ ਹੈ ਇੱਥੇ, ਉਸਦਾ ਆਨਸਰ ਦੇ ਦਿੱਤਾ, ਮੰਨ ਲਓ ਇਹ 4 ਆਪਸ਼ਨ ਦਿੱਤੇ ਗਏ ਨੇ, ਆਨਸਰ ਦੇ ਦਿੱਤਾ, ਇਹ ਤੁਸੀਂ ਆਨਸਰ ਟਿੱਕ ਕਰ ਦਿੱਤਾ, ਜਸਟ ਇੱਥੇ ਟਿੱਕ ਕਰ ਦਿੱਤਾ, ਤੁਹਾਨੂੰ ਫੀਡਬੈਕ ਬਾਅਦ ਵਿੱਚ ਮਿਲ ਜਾਂਦੀ ਹੈ ਕਿ ਤੁਹਾਡਾ ਰੋਂਗ ਆਨਸਰ ਹੋ ਗਿਆ ਜਾਂ ਰਾਈਟ ਆਨਸਰ ਹੈ, ਉਹਦੀ ਐਕਸਪਲੇਨੇਸ਼ਨ ਹੈ। ਇਹ ਜਿਹੜਾ ਕੋਰਸ ਤੀਜੇ ਵਾਲਾ ਹੋਏਗਾ, ਇੰਟਰੈਕਟਿਵ ਹੋਏਗਾ, ਉਹਦੇ ਵਿੱਚ ਜਦੋਂ ਟੀਚਰ ਇਹ ਕਰਵਾਏਗਾ, ਨੰਬਰ 1 ਟੀਚਰ ਇਹ ਕਰਵਾਏਗਾ, ਨੰਬਰ 2 ਉਹ ਦੱਸੇਗਾ ਕਿ ਇਸ ਦੇ ਇਸ ਕੁਸ਼ਚਨ ਨੂੰ ਜੇ ਲੌਜੀਕਲੀ ਤੁਸੀਂ ਸੋਲਵ ਨਹੀਂ ਸੀ ਕਰ ਪਾਏ ਤਾਂ ਤੁਸੀਂ ਸਟ੍ਰੈਟਜੀਜ਼ ਨਾਲ, ਰੈਸ਼ਨਲ ਸਟ੍ਰੈਟਜੀਜ਼ ਨਾਲ ਕਿਸ ਤਰ੍ਹਾਂ ਸੋਲਵ ਕਰ ਸਕਦੇ ਹੋ, ਜੇ ਰੈਸ਼ਨਲ ਸਟ੍ਰੈਟਜੀ ਨਹੀਂ ਲੱਗੀ ਤਾਂ ਰੈਂਡਮ ਸਟ੍ਰੈਟਜੀਜ਼ ਕਿਹੜੀਆਂ ਲੱਗ ਸਕਦੀਆਂ ਹਨ, ਲਾਸਟ 'ਤੇ ਰੀਜ਼ਨਿੰਗ ਤੋਂ ਬਿਨਾਂ ਵਾਲਾ ਤੁੱਕਾ ਕਿਸ ਤਰ੍ਹਾਂ ਲੱਗ ਸਕਦਾ ਹੈ। ਸੋ ਹਿਊਮਨ ਰਿਸੋਰਸ ਹੈ, ਉਹਦਾ ਫਾਇਦਾ ਨੈਚੁਰਲੀ ਜ਼ਿਆਦਾ ਹੋਏ
ਹੋਏਗਾ, ਉੱਥੇ ਤੁਹਾਡੇ ਡਾਊਟ ਨਾਲ ਨਾਲ ਕਲੀਅਰ ਹੁੰਦੇ ਨੇ। ਟੀਚਰ ਆਪਣੀ ਪਰਸਨੈਲਿਟੀ ਅਤੇ ਉਸ ਸਬਜੈਕਟ ਨੂੰ ਕਿਸ ਤਰ੍ਹਾਂ ਦੇਖਦਾ ਹੈ, ਤਾਂ ਤੁਸੀਂ ਮਾਡਲਿੰਗ ਮਤਲਬ ਤੁਸੀਂ ਵੀ ਉਸ ਤਰ੍ਹਾਂ ਦੇਖ ਸਕੋ ਉਸ ਨੂੰ। ਇਹ ਚੀਜ਼ਾਂ ਹੋਣਗੀਆਂ, ਡਾਊਟ ਸੈਸ਼ਨ ਉਸ ਵਿੱਚ ਅਲੱਗ ਤੋਂ ਲੱਗਣਗੇ, ਰੈਗੂਲਰ ਕਲਾਸਿਸ ਹੋਣਗੀ। ਰੈਗੂਲਰ ਦਾ ਮਤਲਬ ਇੱਕ ਸਬਜੈਕਟ ਰੈਗੂਲਰ ਨਹੀਂ ਹੋਏਗਾ, ਕਦੇ ਅੱਜ CDP ਦੀ ਕਲਾਸ ਲੱਗੀ ਹੈ, ਕੱਲ੍ਹ ਇੰਗਲਿਸ਼ ਦੀ ਲੱਗੀ ਹੈ, ਇਸ ਤਰ੍ਹਾਂ ਇੱਕ ਦੋ ਪੀਰੀਅਡ ਜਿਹੜੇ ਨੇ ਤੁਹਾਡੇ ਰੈਗੂਲਰ ਲੱਗਦੇ ਰਹਿਣਗੇ। ਸੋ ਇਹ ਉਹ ਹੋਏਗਾ। ਉਸ ਤੋਂ ਬਾਅਦ ਰਮਨਦੀਪ ਜੀ ਦਾ ਕੁਸ਼ਚਨ ਹੈ, ਸਰ ਮੈਂ BA BED ਕੇ ਲੀਏ ਐਂਟਰੈਂਸ ਕੀ ਤਿਆਰੀ ਕਰਨੀ ਹੈ ਜੋ 4 ਈਅਰਸ ਕੀ ਹੈ, ਪਲੀਜ਼ ਆਪ ਲਿੰਕ ਸੈਂਡ ਕਰ ਦੋ, ਕਿਆ ਕਿਆ ਆਏਗਾ। ਰਾਜੀ ਆਲਰੇਡੀ ਹਮਨੇ ਮੈਨੇ ਸਿਲੇਬਸ ਵੀ ਡਿਸਕਸ ਕੀਆ ਹੁਆ ਹੈ, ਉਸਕੇ ਇਲਾਵਾ ਜੋ ਉਨਕੇ ਪੋਰਸ਼ਨ ਹੈ, ਇੱਕ ਟੀਚਿੰਗ ਪੋਟੈਂਸ਼ੀਅਲ ਹਰ ਹਾਲਤ ਮੇਂ ਹੋਗਾ, ਉਸਕਾ ਪੇਪਰ ਹੈ ਜਨਰਲ ਅਵੇਅਰਨੈਸ ਹੈ, ਮੈਂਟਲ ਐਬਿਲਿਟੀ ਹੈ। ਵੋ ਤੋ ਸੇਮ ਆਪ ਜੋ 220 ਰੁਪਏ ਵਾਲਾ ਕੋਰਸ ਹੈ, ਪਿਛਲੇ ਸਾਲ ਕੇ BED ਐਂਟਰੈਂਸ ਟੈਸਟ ਕੇ ਪੇਪਰ ਹੈ, ਯੂਨੀਅਨ ਟੈਰੇਟਰੀ ਚੰਡੀਗੜ੍ਹ ਕੇ ਪੇਪਰ ਹੈ ਜਾਂ ਹਿਮਾਚਲ ਕੇ ਪੇਪਰ ਹੈ, ਪ੍ਰੈਕਟਿਸ ਸੈੱਟ ਹੈ, ਵੋ ਆਪਕੀ 100% ਹੈਲਪ ਕਰੇਂਗੇ 100%, ਕਿਉਂਕਿ ਬੇਸਿਕ ਪ੍ਰਿੰਸੀਪਲ ਆਫ ਟੀਚਿੰਗ ਵਹੀ ਰਹਿਣੇ ਹੈ, ਮੈਂਟਲ ਐਬਿਲਿਟੀ ਕੋ ਸੋਲਵ ਕਰਨੇ ਕੀ ਐਕਸਰਸਾਈਜ਼ ਵਹੀ ਰਹੇਗੀ, ਔਰ ਜਨਰਲ ਨੌਲੇਜ ਕਾ ਕੋਈ ਮਤਲਬ ਲਿਮਿਟ ਨਹੀਂ ਹੈ ਉਸਕੀ। ਇਸਕੇ ਇਲਾਵਾ ਲੈਂਗੁਏਜ 1 ਲੈਂਗੁਏਜ 2 ਕੌਨ ਸੀ ਆਪ ਆਪਟ ਕਰਤੇ ਹੋ, ਅਗਰ ਇੰਗਲਿਸ਼ ਔਰ ਪੰਜਾਬੀ ਆਪਟ ਕਰਤੇ ਹੋ ਤੋ ਨੈਚੁਰਲੀ ਹੈ ਕਿ ਵੋ ਫਿਰ ਵਹੀ ਕੋਰਸ ਆਪਕੋ ਹੈਲਪ ਕਰੇਗਾ। ਹਾਂ, ਜੋ ਆਪਨੇ 3 ਸਬਜੈਕਟ ਚੂਜ਼ ਕਰਨੇ ਹੈ, ਫੋਰ ਐਗਜ਼ਾਮਪਲ ਆਪ ਸੋਸ਼ਲ ਸਾਇੰਸ ਕੇ ਹੋ ਤੋ ਆਪ ਹਿਸਟਰੀ ਪੋਲੀਟੀਕਲ ਜੋਗ੍ਰਾਫੀ ਇਹ ਚੂਜ਼ ਕਰਤੇ ਹੋ, ਸਾਇੰਸ ਕੇ ਹੋ ਕਮਿਸਟਰੀ ਬਾਇਓ ਜਾਂ ਫਿਜ਼ਿਕਸ ਐਸਾ ਕੁਛ ਚੂਜ਼ ਕਰਤੇ ਹੋ ਜਾਂ ਮੈਥ ਚੂਜ਼ ਕਰਤੇ ਹੋ, ਤੋ ਵੋ ਆਪਕੋ 10+2 ਕੀ ਜੋ ਸਿਰਫ 10+2 ਕੀ ਬੁੱਕ ਹੈ, NCERT ਕੀ ਬੁੱਕਸ ਜੋ ਹੈ ਉਨਮੇ ਸੇ ਹੀ ਕੁਸ਼ਚਨ ਪੁੱਛੇ ਜਾਏਂਗੇ, ਔਰ ਕਾਫੀ ਡਿਫੀਕਲਟ ਕੁਸ਼ਚਨ ਨਹੀਂ ਹੋਣਗੇ। ਹਾਂ, ਮੈਂ ਵਾਅਦਾ ਨਹੀਂ ਕਰਤਾ, ਕੋਸ਼ਿਸ਼ ਕਰੇਂਗੇ ਕਿ ਅਗਰ ਆਪ ਡਿਮਾਂਡ ਕਰੋਗੇ, ਅਗਰ ਆਪ ਕਹੋਗੇ, ਕਮੈਂਟ ਕਰੋਗੇ, ਹੈ ਨਾ, ਮਤਲਬ ਆਪ ਰਿਕੁਆਇਰਮੈਂਟ ਬਤਾਓਗੇ, ਤੋ ਇਸ ਪਰ ਵੀ ਫਰੀ ਮੌਕ ਟੈਸਟ ਵੀ ਰੱਖ ਦੇਂਗੇ, ਔਰ ਉਸ ਕੋਰਸ ਮੇਂ ਕੋਸ਼ਿਸ਼ ਕਰੇਂਗੇ ਆਪਕੇ NCERT ਕੇ ਬੇਸ ਪਰ ਕੁਛ ਸਬਜੈਕਟ ਸ਼ਾਮਿਲ ਕਰ ਦੇ, ਜੋ ਆਪਕੇ ਹੈ ਵੋ ਪਹਿਲੇ ਕਰ ਦੇਂਗੇ, ਜੈਸੇ ਡਿਮਾਂਡ ਆਏਗੀ, ਕਿਉਂਕਿ ਲਾਰਜ ਨੰਬਰ ਆਫ ਸਬਜੈਕਟ ਹੈ, ਸਭੀ ਸ਼ਾਮਿਲ ਇੱਕਦਮ ਨਹੀਂ ਕੀਏ ਜਾ ਸਕਦੇ, ਧੀਰੇ ਧੀਰੇ ਸਭੀ ਕਰ ਦੇਂਗੇ, ਤੋ ਆਪ ਡਿਮਾਂਡ ਰੱਖੋ ਇਨ ਕੋਰਸਿਸ ਕਾ, ਫਰੀ ਮੌਕ ਟੈਸਟ ਕਾ ਫਾਇਦਾ ਉਠਾ ਸਕਦੇ। ਨੈਕਸਟ ਕੁਸ਼ਚਨ ਹੈਗਾ ਸਰ ਲਵਪ੍ਰੀਤ ਕੌਰ ਦਾ, ਲਵਪ੍ਰੀਤ ਕੌਰ ਜੀ ਪੁੱਛ ਰਹੇ ਕਿ ਜੋ 220 rupees ਵਾਲਾ ਕੋਰਸ ਹੈ ਸਰ, ਉਸਮੇ ਪ੍ਰੀਵੀਅਸ ਈਅਰ ਕੁਸ਼ਚਨ ਹੋਗੇ ਜਾਂ ਲਾਈਵ ਕਲਾਸ ਵੀ ਲੱਗੇਗੀ? ਜੋ 220 ਵਾਲਾ ਕੋਰਸ ਹੈ, ਉਸਮੇ ਪ੍ਰੀਵੀਅਸ ਈਅਰ ਕੇ 2017 ਸੇ ਲੈ ਕੇ 2023 ਤੱਕ ਕੇ ਪੰਜਾਬ ਕੇ BED ਐਂਟਰੈਂਸ ਟੈਸਟ ਕੇ, ਯੂਨੀਅਨ ਟੈਰੇਟਰੀ ਕੇ 2017 ਸੇ ਲੈ ਕੇ 2023 ਤੱਕ ਕੇ, ਔਰ ਇਸਕੇ ਇਲਾਵਾ ਪ੍ਰੈਕਟਿਸ ਸੈੱਟ ਹੋਗੇ, ਇਸਕੇ ਇਲਾਵਾ ਟੋਪਿਕ ਵਾਈਜ਼ ਜੋ ਹੈ ਕੁਸ਼ਚਨ ਕੇ ਸੈੱਟ ਹੋਗੇ, ਜਿਸ ਟੋਪਿਕ ਮੇਂ ਫੋਰ ਐਗਜ਼ਾਮਪਲ ਆਪ ਫੀਲ ਕਰਤੇ ਹੋ ਕਿ ਮੈਂ ਕੈਮਿਸਟਰੀ ਮੇਂ ਵੀਕ ਹੂੰ, ਮੈਂ ਸਾਇੰਸ ਮੇਂ ਵੀਕ ਹੂੰ, ਮੈਂ ਕਰੰਟ ਅਫੇਅਰ ਮੇਂ ਵੀਕ ਹੂੰ, ਮੈਂ ਇਸ ਏਰੀਆ ਮੇਂ ਵੀਕ ਹੂੰ, ਵੋ ਸੈੱਟ ਆਪ ਅਪਲਾਈ ਕਰ ਸਕਦੇ ਹੋ, ਸਟੱਡੀ ਕਰ ਸਕਦੇ ਹੋ, ਸੋਰੀ ਪੇਪਰ ਦੇ ਸਕੋ, ਉਸਮੇਂ ਇੰਟਰੈਕਟਿਵ ਕਲਾਸਿਸ ਨਹੀਂ ਹੋਣਗੀ। ਇੰਟਰੈਕਟਿਵ ਕਲਾਸਿਸ ਕੇ ਲੀਏ ਰੈਗੂਲਰ ਹਿਊਮਨ ਰਿਸੋਰਸ ਜ਼ਿਆਦਾ ਚਾਹੀਏ, ਨੈਚੁਰਲੀ ਹੈ ਕਿ ਟੀਚਰ ਨੇ ਮਿਹਨਤ ਕਰਨੀ ਹੈ ਔਰ ਐਨਰਜੀ ਲਗਾਉਣੀ, ਰੋਜ਼ ਐਨਰਜੀ ਲਗਾਉਣੀ ਹੈ, ਤੋ ਵੋ ਅਲੱਗ ਸੇ ਕੋਰਸ ਹੋਗਾ, ਮਿਨੀਮਮ ਉਸਕੇ ਰੱਖੇ ਹੋਏ ਹੈ 550 ਅਭੀ ਤੱਕ। ਜੀ ਸਰ, ਇੱਕ ਬੱਚਾ ਬੋਲ ਰਿਹਾ ਕਿ ਸਰ ਵੈਬਸਾਈਟ ਓਪਨ ਨਹੀਂ ਹੋ ਰਹੀ। ਕਿਹੜੀ ਵੈਬਸਾਈਟ? ਜਿਹੜੀ ਲਰਨ ਟੂ ਐਕਚੁਅਲਾਈਜ਼ .in ਹੈ ਸਰ, ਉਹ ਇਹ ਤਾਂ ਤੁਸੀਂ ਜਵਾਬ ਦੇ ਸਕਦੇ ਹੋ। ਉਹ ਬਿਲਕੁਲ ਓਪਨ ਹੋ ਰਹੀ ਹੈ, ਤੁਸੀਂ ਜਾਓ, ਜਾ ਕੇ ਸਰਚ ਕਰੋ www.learntoactualize.in ਐਂਡ ਉਹਦਾ QR ਕੋਡ ਵੀ ਆਪਾਂ ਮੈਂਸ਼ਨ ਕੀਤਾ ਹੋਇਆ ਹੈ ਪਿਛਲੀ ਵੀਡੀਓਸ ਦੇ ਵਿੱਚ, ਤੁਸੀਂ ਜਾ ਕੇ ਕਈ ਵਾਰੀ ਐਨਰੋਲ ਕਰ ਸਕਦੇ ਹੋ ਫਰੀ ਮੌਕ ਟੈਸਟ ਲਈ।
ਉਸ ਤੋਂ ਬਾਅਦ ਸਰ ਰੈਗੂਲਰ ਬੀ ਐਡ ਐਂਟਰੈਂਸ ਇਗਜ਼ਾਮ ਵਾਲੇ ਕੋਰਸ ਕਿਵੇਂ ਬਾਏ ਕਰਨਾ ਹੈ ਸਰ, ਪਲੀਜ਼ ਟੈਲ ਅਸ। ਤੁਸੀਂ ਸਿੰਪਲੀ ਸਾਡੀ ਵੈਬਸਾਈਟ 'ਤੇ ਜਾ ਕੇ, ਅਸੀਂ ਲਿੰਕ ਵੀ ਪਾਇਆ ਹੋਇਆ, ਉੱਥੇ ਜਾ ਕੇ ਕੋਰਸ ਬਾਏ ਕਰ ਸਕਦੇ ਹੋ। ਉਸ ਤੋਂ ਬਾਅਦ ਅਗਲਾ ਕੁਸ਼ਚਨ ਹੈ ਪੂਜਾ ਦੇਵੀ ਦਾ, ਪੀ ਵਾਈ ਕਿਊ ਕੇ ਇਲਾਵਾ ਔਰ ਕੋਰਸ ਹੈ ਜਿਸ ਮੇਂ ਨਿਊ 2024 ਕੇ ਕਰੰਟ ਅਫੇਅਰਸ ਹੋਂਗੇ? ਹਾਂ ਬਿਲਕੁਲ ਹੋਂਗੇ, ਬਿਲਕੁਲ ਹੋਂਗੇ। वो स्टेप बाय स्टेप, देखो मेरी बात समझो, करंट का मतलब है आपका बीएड एंट्रेंस टेस्ट की बात कर रहे हैं ना, ये बीएड एंट्रेंस टेस्ट कब होना है आपका? 4 अगस्त को है लगभग, है ना। पिछली बार 31 जुलाई को था, अब 4 अगस्त को नियर बाय है। तो करंट अफेयर लगभग उस मंथ की आती हैं, हो सकता है कि 1.5 महीना पहले की आ जाएँ। तो अभी से करंट अफेयर जो हैं वो प्रोबेबिलिटी है कि आ जाएं। अभी इलेक्शन हुए हैं, कई मिनिस्टर चेंज होंगे, एजुकेशन मिनिस्टर पूछा जाता है, है ना, जिनका संबंध एजुकेशन से है, यूथ डेवलपमेंट से है, उनसे क्वेश्चन पूछे जाते हैं, यूनिवर्सिटी के वाइस चांसलर पूछे जाते हैं। तो जो चेंजेस आते हैं उनको ध्यान में रखते हुए हो सकता है कि आज हम क्वेश्चन डाल दें और जब टेस्ट में आना है तो वो चेंज हो चुका हो, है ना। दैट इज़ वाई वो भी आएंगे, 100% आएंगे, हु इज़ हु भी आएगा और करंट अफेयर्स भी आएंगे, आपको सब कुछ ये मिलेगा। अगर जल्दी चाहिए हो तो आप डिमांड करो कि सर वो डाल दो, तो वो पहले आ जाएगा। सर प्रभजोत कौर का क्वेश्चन हैगा, हेलो सर, फॉर फुल प्रिपरेशन फॉर फ्रेशर स्टूडेंट्स when you provide that course, 550 rupees wale course ki baat kar rahe ho। yaar human resource bhai wahi baat hai ki abhi taiyar ho rahe hain to update hai ki ha main ek aadh din mein 1-2 classes online lagata hu, fir testing ho jayegi kya problem aati, kaise interaction hota, kyunki technical error dekhiye साफ बात है ये है कि बिजली कितनी बार जा रही है ये आपको पता है, बारिश आई बिजली चली गई और सब कुछ, ये स्टार्ट करना, इतना सेटअप स्टार्ट करने में 10-15 मिनट लग जाते हैं, फिर से उस सेटिंग में आने आने में कई बार 20-25 मिनट लग जाते हैं। तो उसके लिए इन्वेस्टमेंट चाहिए, इन्वर्टर चाहिए, वो सारा कुछ सेट कर रहे हैं, तो दैट इज़ एक आधे दिन में क्लास भी लगा लेते हैं। नेक्स्ट क्वेश्चन लवप्रीत कौर दा, सर 550 वाले कोर्स के बारे में बता दो प्लीज़। बता दिया पिछले। सो नेक्स्ट क्वेश्चन हैगा टीके डियर कौर दा, सर आई एम न्यू स्टूडेंट सर, बीएड करना चाहती हाँ पंजाब विच, बट नो आइडिया हाउ टू डू एंट्रेंस टेस्ट लई कोई कोर्स है तो प्लीज़ उहदे बारे दस दवो एंड फी भी दस दो उहदी। ਰਾਜੇ ਮੈਂ ਨੈਚੁਰਲੀ ਹੈ ਆਪਣੇ ਜੋ ਮਿਹਨਤ ਕਰ ਰਿਹਾ ਹਾਂ ਮੈਂ ਉਹੀ ਦੱਸਾਂਗਾ। ਉਹਦੇ ਲਈ ਫ੍ਰੀ ਮੌਕ ਟੈਸਟ ਲਏ ਜਾ ਰਹੇ ਨੇ, ਉਸਦਾ ਲਿੰਕ ਨੀਚੇ ਮਿਲ ਜਾਏਗਾ ਇਸ ਵੀਡੀਓ ਦੇ ਵੀ। ਦੂਸਰਾ 220 rupees ਦਾ ਇੱਕ ਕੋਰਸ ਹੈ ਜਿਹਦੇ ਵਿੱਚ ਪਿਛਲੇ ਸਾਲ ਦੇ ਪੇਪਰ, ਪ੍ਰੈਕਟਿਸ ਸੈੱਟ, ਹੋਰੀਜ਼ੋਂਟਲ ਵਰਕ ਵਰਟੀਕਲ ਟੋਪਿਕ ਵਾਈਜ਼, ਯੂਨੀਅਨ ਟੈਰੀਟਰੀ ਦੇ, ਪੰਜਾਬ ਦੇ, ਇਹ ਸਾਰੇ ਕੁਸ਼ਚਨ ਮਿਲਣਗੇ ਤੁਹਾਨੂੰ, ਉਹਦੀ ਪ੍ਰੈਕਟਿਸ ਕਰ ਸਕਦੇ ਹੋ। ਜੇ ਲੱਗਦਾ ਹੈ ਕਿ ਇਸ ਤਰ੍ਹਾਂ ਨਹੀਂ ਸਮਝ ਆਉਂਦੀ ਮੈਨੂੰ, ਸਿਰਫ ਮੈਨੂੰ ਹਿਊਮਨ ਰਿਸੋਰਸ ਕੋਈ ਟੀਚਰ ਚਾਹੀਦਾ ਹੈ, ਨਾਲ ਨਾਲ ਸਟ੍ਰੈਟਜੀ ਦੱਸੇ, ਇਹ ਦੱਸੇ, ਹੈ ਨਾ, ਫਿਰ ਰੋਜ਼ ਕਲਾਸਾਂ ਵਾਲਾ 550 ਵਾਲਾ ਕੋਰਸ ਹੈ ਉਹ ਤੁਸੀਂ ਲੈ ਸਕਦੇ ਹੋ। ਫਿਰ ਸਰ ਇਹੀ ਕੁਸ਼ਚਨ ਹੈਗਾ ਸਰ, ਫੁੱਲ ਕੋਰਸ ਕਦੋਂ ਆਏਗਾ ਫੋਰ ਬਿਗਿਨਰਸ? ਇੱਕ ਅੱਧੇ ਦਿਨ ਵਿੱਚ ਸ਼ੁਰੂ ਕਰ ਦਿੰਦੇ ਫਿਰ। ਉਸ ਤੋਂ ਬਾਅਦ ਸਰ ਕੁਸ਼ਚਨ ਹੈਗਾ ਜੀ, ਇੱਕ ਬੱਚੇ ਨੇ ਕਮੈਂਟ ਕੀਤਾ ਤੁਸੀਂ ਵੀ ਪੇਡ ਕਰਾਉਣਾ ਸਟਾਰਟ ਕਰਤਾ। ਹਾਂ ਰਾਜੇ, ਹਰਪ੍ਰੀਤ, ਹਰਪ੍ਰੀਤ ਜੀ, ਤੁਹਾਡਾ ਜਵਾਬ ਇਹ ਹੈ ਕਿ ਇੱਕ ਕੁਸ਼ਚਨ ਨੂੰ ਬਣਾਉਣ ਵਿੱਚ ਕਿੰਨਾ ਟਾਈਮ ਲੱਗਦਾ ਹੈ, ਇੰਨੇ ਕੁਸ਼ਚਨ ਬਣਾਏ ਜਾ ਰਹੇ ਨੇ, ਜਾਂ ਤੁਸੀਂ ਵੀ ਸਾਡੀ ਹੈਲਪ ਕਰੋ ਉਹ ਬਣਾਉਣ ਵਿੱਚ। ਪੰਜਾਬੀ ਦੀ ਪ੍ਰੂਫ ਰੀਡਿੰਗ ਕਰਨੀ ਪੈਂਦੀ ਹੈ, ਹਿੰਦੀ ਦੀ ਪ੍ਰੂਫ ਰੀਡਿੰਗ ਕਰਨੀ ਪੈਂਦੀ ਹੈ, ਇੰਗਲਿਸ਼ ਦੀ ਪ੍ਰੂਫ ਰੀਡਿੰਗ ਕਰਨੀ ਪੈਂਦੀ ਹੈ, ਤੁਸੀਂ ਹੈਲਪ ਕਰੋ।
ਫਰੀ ਕਰ ਦਿੱਤਾ ਜਾਏਗਾ। ਇਹ ਟੈਕਨੋਲੋਜੀ ਹੈ, ਇਹਦਾ ਇਹਦੇ ਵਿੱਚ ਸ਼ੇਅਰ ਪਾਉਣ ਨੂੰ ਤਾਂ ਸਾਨੂੰ ਕੋਈ ਨਹੀਂ ਕਹੇਗਾ, ਲੇਕਿਨ ਜਿਹੜੀ ਮੈਂਟਲ ਇਨਵੈਸਟਮੈਂਟ ਹੈ ਕਿਸੇ ਦੀ ਹੈਲਪ ਲੈ ਕੇ, ਉਸਨੂੰ ਪੇ ਕਰਨਾ ਹੈ। ਲਰਨਿੰਗ ਮੈਨੇਜਮੈਂਟ ਸਿਸਟਮ ਹੈ, ਡੋਲਰ ਪੇ ਹੋ ਰਹੇ ਨੇ, ਜਿਹੜੀ ਤੁਸੀਂ ਫੀਸ ਦੇਣੀ ਹੈ 220 ਜਾਂ 500 ਪਲਾ, ਉਹਦੇ 'ਚੋਂ ਸ਼ੇਅਰ ਉਹਨਾਂ ਨੂੰ ਜਾਣਾ ਹੈ। ਉਸ ਤੋਂ ਪਹਿਲਾਂ ਐਡਵਾਂਸ ਪੇਮੈਂਟ ਉਹਨਾਂ ਨੂੰ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜਿਹੜੇ ਸੋਫਟਵੇਅਰ ਐਡੀਟਿੰਗ ਸੋਫਟਵੇਅਰ ਹੈ, ਉੱਤੇ ਇੰਨੇ ਸੋਹਣੇ ਸੋਹਣੇ ਤੁਹਾਨੂੰ ਥੰਬਨੇਲ ਦਿਖਦੇ ਨੇ, ਇਹ ਸਰ ਇੰਨੀ ਮਿਹਨਤ ਦੇ ਨਾਲ ਇਸ ਸਟੂਡੀਓ ਵਿੱਚ ਬੈਠ ਕੇ ਇੰਨਾ ਕਰਦੇ ਆ, ਉਹਦਾ ਕੀ ਕਰੀਏ ਫਿਰ? ਇਸ ਤੋਂ ਇਲਾਵਾ ਜਿਹੜੇ ਕੁਐਸਚਨਸ ਨੇ, ਅਸੀਂ ਸਪੈਸ਼ਲੀ ਬੰਦੇ ਹਾਇਰ ਕੀਤੇ ਹੋਏ ਹਨ ਕੁਐਸਚਨਸ ਬਣਾਉਣ ਲਈ, ਉਹਨਾਂ ਨੂੰ ਵੀ ਆਪਾਂ ਪੇ ਕਰਨਾ। ਤੁਸੀਂ ਦੱਸੋ, ਬੜੀ ਮਾਰਜਨਲ ਦੀ ਫੀਸ ਰੱਖੀ ਹੈ ਆਪਾਂ? ਨਹੀਂ ਨਹੀਂ, ਤੁਸੀਂ ਸਾਥ ਦਿਓ, ਉਹਦੇ ਵਿੱਚ ਰੋਲ ਅਦਾ ਕਰੋ, ਤੇ ਇਸ ਤਰ੍ਹਾਂ ਫ੍ਰੀ ਵੀ ਹੋ ਜਾਏਗਾ, ਕੋਈ ਪ੍ਰੋਬਲਮ ਨਹੀਂ ਹੈ। ਸਰ ਅਗਲਾ ਕੁਐਸਚਨ, ਸਰ ਕੈਨ ਆਈ ਡੂ ਬੀਐਡ ਬਿਕੋਜ਼ ਆਈ ਹੈਵ ਅ ਗੈਪ ਆਫ 4 ਇਅਰਸ? ਹਾਂ ਬਿਲਕੁਲ ਕਰ ਸਕਦੇ ਹਾਂ, ਸਾਰੇ ਕਰ ਸਕਦੇ ਨੇ। ਗੈਪ ਦਾ ਸਰਟੀਫਿਕੇਟ ਇੱਕ ਬਣਦਾ ਹੈ, ਬਾਕੀ ਸਭ ਪ੍ਰੋਸੀਜਰ ਸੇਮ ਹੈ। ਐਂਟਰੈਂਸ ਟੈਸਟ ਵਿੱਚ ਤੁਸੀਂ ਹਰ ਹਾਲਤ ਵਿੱਚ ਅਪੀਅਰ ਹੋਣਾ ਹੈ। ਐਂਟਰੈਂਸ ਟੈਸਟ ਵਿੱਚ ਬੇਸ਼ੱਕ ਮੈਨੇਜਮੈਂਟ ਕੋਟੇ 'ਚ ਲੈਣ ਦਾ ਜਾਂ ਡਰ ਲੱਗਦਾ, ਪਰ ਅਪੀਅਰ ਜ਼ਰੂਰ ਹੋਵੋ। ਉਹਦੇ ਲਈ ਸਿੰਪਲੀ ਫ੍ਰੀ ਮੌਕ ਟੈਸਟ ਦੇ ਦਿਓ ਜਾਂ 220 ਰੁਪਏ ਵਾਲਾ ਦੇਖ ਲਿਓ, ਜੇ ਉਹ ਵੀ ਨਹੀਂ ਖਰੀਦਣਾ ਤਾਂ ਹੋਰ ਸਟ੍ਰੈਟੇਜੀ ਦੱਸ ਦਾਂਗਾ। ਪਿਛਲੀਆਂ ਯੂਟਿਊਬ 'ਤੇ ਵੀਡੀਓ ਪਈਆਂ ਫ੍ਰੀ ਵਾਲੀਆਂ, ਉਹ ਦੇਖ ਕੇ ਦੇ ਦਿਓ, ਕਿਸੇ ਤਰ੍ਹਾਂ ਹੈ ਦੇ ਦਿਓ, ਬਾਕੀ ਪ੍ਰੋਸੀਜਰ ਇੱਥੇ ਦੱਸ। ਅਗਲਾ ਕੁਐਸਚਨ ਹੈ ਨੇਹਾ ਦਾ, ਸਰ ਵਟਸਐਪ ਗਰੁੱਪ ਲਈ ਕੋਈ ਚਾਰਜਸ ਵੀ ਹੋਣਗੇ? ਨਹੀਂ, ਕੋਈ ਚਾਰਜਸ, ਕੋਈ ਚਾਰਜ ਨਹੀਂ, ਫ੍ਰੀ ਹੈਗਾ, ਕੋਈ ਚਾਰਜ ਨਹੀਂ, ਫ੍ਰੀ ਹੈ। ਸਰ ਲੈਕਚਰਸ ਵਾਲਾ ਕੋਰਸ ਕਬ ਸ਼ੁਰੂ ਹੋਗਾ? ਚਲੋ ਮੇਰੇ ਖਿਆਲ ਜਲਦੀ ਕਰਾਂਗੇ ਸ਼ੁਰੂ। ਹਾਂਜੀ, ਉਸ ਤੋਂ ਬਾਅਦ ਸਰ ਪਲੀਜ਼ ਦੱਸ ਦਿਓ ਬੀਐਡ 4 ਈਅਰ ਵਾਲੀ ਟੈਸਟ ਦਾ ਰੋਲ ਨੰਬਰ ਕਦੋਂ ਆਉਣਾ ਹੈ ਜੀ? ਮੈਂ ਉਹ ਚੈੱਕ ਕਰਕੇ ਦੱਸ ਦਿੰਦਾ, ਦੇਖ ਲੈਣਾ, ਮੈਂ ਦੇਖਿਆ ਨਹੀਂ, ਅਪਡੇਟ ਨਹੀਂ ਹੋਇਆ, ਮੈਂ ਦੇਖ ਕੇ ਦੱਸ। ਸਰ ਪਲੀਜ਼ ਫਾਊਂਡੇਸ਼ਨ ਆਫ ਕਰਿਕੂਲਮ ਬੀਐਡ ਵਾਲੇ ਨੇ, ਸਕਿਪ ਕਰੋ। ਸਰ ਪਲੀਜ਼ ਰਿਪਲਾਈ ਦਿਸ ਗਰੁੱਪ ਇਜ਼ ਫ੍ਰੀ ਫੋਰ ਟੈਸਟ। ਬਿਲਕੁਲ ਫ੍ਰੀ ਹੈ ਜੀ। ਹਾਂਜੀ ਫ੍ਰੀ ਹੈ ਜੀ, ਫ੍ਰੀ ਹੈ। ਸਰ ਇਹ ਪੇਡ ਚੈਨਲ ਆ, ਨਹੀਂ ਬੱਚੇ ਫ੍ਰੀ ਚੈਨਲ ਹੈਗਾ, ਤੁਸੀਂ ਜੁਆਇਨ ਕਰ ਸਕਦੇ ਹੋ, ਠੀਕ ਹੈ ਜੀ। ਉਸ ਤੋਂ ਬਾਅਦ ਅਗਲੇ, ਉਹ ਮੈਂ ਸਮਝ ਗਿਆ ਸਰ ਕੀ ਹੋ ਰਿਹਾ, ਕਿ ਉਹ ਕਿਊ ਆਰ ਨੂੰ ਦੇਖ ਕੇ ਡਰ ਜਾਂਦੇ, ਇਹਦੇ ਨਾਲ ਪੇਮੈਂਟ ਦੀ ਐਸੋਸੀਏਸ਼ਨ ਹੈ, ਕੰਡੀਸ਼ਨਿੰਗ ਹੋਈ ਹੈ, ਕਿਊ ਆਰ ਦੇਖਦੇ ਹਾਂ ਤਾਂ ਇੱਥੇ ਪੈਸੇ ਹੀ ਜਾਣੇ ਨੇ, ਇਸ ਤਰ੍ਹਾਂ ਨਹੀਂ ਹੈ। ਫ੍ਰੀ ਲਈ ਵੀ ਕਿਊ ਆਰ ਹੋ ਸਕਦਾ, ਤੁਹਾਡੀ ਐਂਟਰੀ ਲਈ ਹੈ, ਦੈਟ ਇਜ਼ ਵਾਈ। ਇੱਕ ਬੱਚੇ ਦਾ ਕਮੈਂਟ ਹੈ ਸਰ, ਇਟਸ ਅ ਰਿਕੁਐਸਟ, ਪਲੀਜ਼ ਬੀਐਡ ਦੇ ਐਂਟਰੈਂਸ ਦੀ ਪ੍ਰਿਪਰੇਸ਼ਨ ਅਤੇ ਵੀਡੀਓਜ਼ ਬਣਾਓ। ਮੇਰੇ ਖਿਆਲ 'ਚ ਬਸ ਕਰੀਏ, ਹੁਣ ਬਹੁਤ ਹੋ ਗਿਆ। ਅਗਲਾ ਕੁਐਸਚਨ ਹੈ ਸਰ, ਥੋੜ੍ਹੇ ਜਿਹੇ ਕੁਐਸਚਨ ਹੈਗੇ ਸਰ। ਸਰ ਲੁਧਿਆਣਾ 'ਚ ਗੌਰਮੈਂਟ ਏਡਿਡ ਕਾਲਜ ਕਿੰਨਾ ਹੈ ਫੋਰ? ਲੁਧਿਆਣੇ ਵਿੱਚ ਕਿਹੜਾ ਹੈ ਏਡਿਡ ਕਾਲਜ ਨੇ? ਗੌਰਮੈਂਟ ਕਾਲਜ ਨਹੀਂ ਹੈ, ਗੌਰਮੈਂਟ ਕਾਲਜ ਚੰਡੀਗੜ੍ਹ ਹੈ, ਜਲੰਧਰ ਹੈ, ਫਰੀਦਕੋਟ ਹੈ, ਮਲੇਰਕੋਟਲਾ ਹੈ, ਬਾਕੀ ਏਡਿਡ ਕਾਲਜ ਨੇ ਉਹ 7-8 ਕਾਲਜ ਨੇ। ਲੁਧਿਆਣੇ ਵਿੱਚ ਮਾਲਵਾ ਕਾਲਜ ਹੈ ਏਡਿਡ, ਗਰਲਸ ਲਈ ਹੈ ਲੇਕਿਨ ਉਹ। ਅਗਲਾ ਕੁਐਸਚਨ ਸਰ, ਬੀਐਡ ਐਮਐਡ ਇੰਟੀਗ੍ਰੇਟਿਡ ਪ੍ਰੋਗਰਾਮ ਦਾ ਟੈਸਟ ਸੀਰੀਜ਼ ਵੀ ਬਣਾ ਦਿਓ। ਰਾਜੇ ਮੇਰੀ ਖਿਆਲ 'ਚ, ਮੇਰੀ ਨੌਲੇਜ 'ਚ ਨਹੀਂ ਹੈ, ਮੈਂ ਅਪਡੇਟ ਨਹੀਂ ਹਾਂ, ਸ਼ਾਇਦ ਬੀਐਡ ਐਮਐਡ ਦਾ ਕਿੱਥੇ ਸ਼ੁਰੂ ਹੋ ਚੁੱਕਾ ਹੈ। ਖਾਲਸਾ ਕਾਲਜ ਅੰਮ੍ਰਿਤਸਰ ਚੱਲਦਾ ਸੀ, ਉਹ ਕੰਟੀਨਿਊ ਹੈ ਨਹੀਂ ਹੈ ਉਹਦਾ ਪਤਾ ਕਰਕੇ ਤੁਸੀਂ ਮੈਨੂੰ ਉਹਦਾ ਸਿਲੇਬਸ ਦੱਸੋ ਕਿ ਯੂਨੀਵਰਸਿਟੀ ਦਾ ਹੈ ਜਾਂ ਐਨਟੀਏ ਲੈ ਰਹੀ ਹੈ, ਅਤੇ ਫਿਰ ਉਸ 'ਤੇ ਵੀ ਕਰ ਦਿਆਂਗੇ। ਸਰ ਯੂਟਿਊਬ 'ਤੇ ਵੀ ਬੀਐਡ ਐਂਟਰੈਂਸ ਦੀ ਤਿਆਰੀ ਕਰਵਾ ਦਿਓ। ਹਾਂਜੀ ਹਾਂਜੀ ਹਾਂਜੀ, ਵੈਸੇ ਪਿਛਲੀਆਂ ਵੀਡੀਓ ਦੇਖਣੀਆਂ ਸ਼ੁਰੂ ਕਰ ਦਿਓ, ਤੁਹਾਡਾ ਉਹਦੇ ਨਾਲ ਹੀ ਕਾਫੀ ਪੋਰਸ਼ਨ ਕਵਰ ਹੋ ਜਾਣਾ ਹੈ। ਇਹ ਵੀ ਮੈਂ ਜਲਦੀ ਸ਼ੁਰੂ ਕਰ ਦਿੰਦਾ। ਸਰ ਡੇਟ ਸ਼ੀਟ ਕਿਉਂ ਚੇਂਜ ਹੋਈ ਆ? ਇਹ ਬੀਐਡ ਓਕੇ ਸਰ, ਜੋ ਬੀਏ ਐਡੀਸ਼ਨਲ ਐਗਜ਼ਾਮ ਕਲੈਸ਼ ਪੇਪਰ ਸੀ ਉਹ ਹੁਣ ਕਦੋਂ ਹੋਵੇਗਾ? ਨਹੀਂ, ਇਹ ਬੀਐਡ ਦਾ ਹੈ। ਓਕੇ ਸਰ, ਕੈਨ ਬੀਐਡ ਪਾਸ ਗਿਵ ਬੋਥ ਪੇਪਰ ਇਨ ਪੀਐਸਟੇਟ? ਬੀਐਡ ਪਾਸ ਨਹੀਂ, ਬੀਐਡ ਵਿੱਚ ਅਪੀਅਰ ਹੋਏ ਹੋ, ਤੁਹਾਡੀ ਐਡਮਿਸ਼ਨ ਹੋਈ ਆ, ਫਿਰ ਵੀ ਪੀਐਸਟੇਟ ਦੇ ਸਕਦੇ ਹੋ। ਓਕੇ, ਜ਼ਰੂਰੀ ਨਹੀਂ ਹੈ ਪਾਸ ਹੋਣਾ, ਤੁਸੀਂ ਅੱਧੇ ਅਧੂਰੇ ਹੋ ਫਿਰ ਵੀ ਦੇ ਸਕਦੇ ਹੋ।
ਪਲੀਜ਼ ਕੋਈ ਬਤਾਏਗਾ ਕਿ GNDU ਯੂਨੀਵਰਸਿਟੀ ਵਾਲੇ ਵੀ ਤਿਆਰੀ ਕਰ ਸਕਦੇ ਹੈ? ਕਿਸ ਦੀ ਤਿਆਰੀ? ਇਹ ਦੱਸਿਆ ਨਹੀਂ। ਸੋ ਕੁਐਸਚਨ ਜਿਹੜਾ ਵੇਗ ਹੈ ਉਸਨੂੰ ਕਲੀਅਰ ਕੀਤਾ ਜਾਵੇ, ਬੈਟਰ ਹੈ। ਇੱਕ ਕੁਐਸਚਨ ਲਾਸਟ ਰਹਿ ਗਿਆ ਸਰ, BEd ਕਿਹੜੀ ਯੂਨੀਵਰਸਿਟੀ ਤੋਂ ਕਰਕੇ ਫਾਇਦਾ ਹੈ? ਤੁਹਾਡਾ ਪਰਪਸ ਕੀ ਹੈ? ਜੇ ਮਾਰਕਸ ਲੈਣੇ ਹਨ ਤਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸਭ ਤੋਂ ਜ਼ਿਆਦਾ ਮਾਰਕਸ ਆ ਰਹੇ ਨੇ। ਜਿਹੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਹੈ ਉਹਦੇ ਵਿੱਚ ਇੰਟਰਨਲ ਅਸੈਸਮੈਂਟ ਕੱਟ ਜਾਂਦੀ ਹੈ। ਜੇ ਇੰਟਰਨਲ ਅਸੈਸਮੈਂਟ ਤੇ ਐਕਸਟਰਨਲ ਥਿਊਰੀ ਐਗਜ਼ਾਮ ਦੇ ਮਾਰਕਸ ਵਿੱਚ 20% ਤੋਂ ਜ਼ਿਆਦਾ ਡਿਫਰੈਂਸ ਹੈ ਤਾਂ ਆਟੋਮੈਟਿਕਲੀ ਘੱਟ ਕੇ ਉਹ 20% ਡਾਊਨ ਹੋ ਜਾਂਦੀ ਇੰਟਰਨਲ ਅਸੈਸਮੈਂਟ। ਇੰਡੀਆ ਦੀ ਕੋਈ ਯੂਨੀਵਰਸਿਟੀ 'ਚ ਹੋਰ ਨੰਬਰ ਨਹੀਂ ਕੱਟੇ ਜਾਂਦੇ। ਲੇਕਿਨ ਜੇ ਲਰਨ ਕਰਨਾ ਹੈ ਤਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਬੈਟਰ ਹੈ। ਪੰਜਾਬ ਯੂਨੀਵਰਸਿਟੀ ਨੂੰ ਦੂਜੇ ਨੰਬਰ 'ਤੇ ਕੱਢਿਆ ਜਾ ਸਕਦਾ ਹੈ। ਬਾਕੀ ਕੋਈ ਹੋਰ ਤੁਹਾਡੀ ਸਮੱਸਿਆ ਹੈ ਉਹਦੇ ਮੁਤਾਬਕ ਰੈਂਕਿੰਗ ਕੀਤੀ ਜਾ ਸਕਦੀ ਹੈ। ਮਾਰਕਸ ਦੇ ਪੱਖੋਂ ਤਾਂ ਜਿਹੜੇ ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹਿਲੇ ਨੰਬਰ 'ਤੇ ਹੈ। ਅਗਲਾ ਕੁਐਸਚਨ ਸਰ, ਸਾਇੰਸ ਮਾਸਟਰ ਕੈਡਰ ਦੀਆਂ ਕਿੰਨੀਆਂ ਕੁ ਵੈਕੈਂਸੀਆਂ ਆ ਸਕਦੀਆਂ ਸਰ, ਕੋਈ ਆਈਡੀਆ? ਰਾਜੇ ਕੋਈ ਐਨਾਲਿਸਿਸ ਨਹੀਂ ਹੈ ਸਾਇੰਸ ਦੀਆਂ। ਪਿਛਲੇ ਸਾਲ ਸਾਇੰਸ ਦੀਆਂ ਮੇਰੇ ਖਿਆਲ 600-700 ਦੇ ਕਰੀਬ ਸੀ। ਆਸ ਰੱਖਦਾ ਹਾਂ ਕਿ 500 ਦੇ ਕਰੀਬ ਇਹਦੇ ਨੇੜੇ ਤੇੜੇ ਹੋ ਸਕਦੀਆਂ ਹੈ, ਪੋਸੀਬਿਲਿਟੀ ਹੈ। ਕਾਰਨ ਇਹ ਹੈ, ਇਸ ਤੋਂ ਪਲੱਸ ਹੋ ਸਕਦੀਆਂ ਹੈ। ਕਾਰਨ ਇਹ ਹੈ ਕਿ ਸਾਇੰਸ ਜਿਹੜਾ ਹੈ ਟ੍ਰੈਡੀਸ਼ਨਲ ਕਾਮਨ ਸਬਜੈਕਟ ਹੈ। ਦੇਖੋ ਹਿੰਦੀ ਸੋਰੀ ਹਿੰਦੀ ਪੰਜਾਬੀ ਇੰਗਲਿਸ਼ ਇਹ ਉਹਦੇ ਵਿੱਚੋਂ SST ਔਰ ਇਹ ਤੁਹਾਡਾ ਹੋ ਗਿਆ ਸਾਇੰਸ ਅਤੇ ਮੈਥ, ਇਹਦੀਆਂ ਪੋਸਟਾਂ ਨੋਰਮਲੀ ਬਾਕੀ ਸਬਜੈਕਟਾਂ ਨਾਲੋਂ ਹਮੇਸ਼ਾ ਜ਼ਿਆਦਾ ਹੁੰਦੀਆਂ ਹੈ। ਸੋ ਇੰਨੇ ਕੁਐਸਚਨ ਨੇ ਸਰ ਅੱਜ ਵਾਸਤੇ। ਥੈਂਕ ਯੂ ਡਾਕਟਰ ਧੀਰਜ ਸਿੰਘ, ਲਰਨ ਟੂ ਐਕਚੁਲਾਈਜ਼।